सत श्री अकाल जी, तुसीं देख रहे हो वॉक विद टुरना। मैं हाँ मनप्रीत कौर, असी लाहौर दे विच आ ते अज श्री गुरु अर्जन देव जी का शहीदी अस्थान गुरद्वारा डेरा साहब देखण चले आ। लो जी चलिए, इधर अपनी गड्डी खड़ी अल्टो आई है। देखो इतने अल्टो इदां दी है, अपनी इगने सेवें दी हुंदी है, इतने अल्टो पिछे। चलो वीर जी चलिए जी। ठीक है जी, की नाम तुहाडा? मुहम्मद आसिम बाजवा। चलो बाजवा साहब चलिए जी। ये लाहौर का कनाल रोड आ गया जी। तो बाजवा साहब, आप कनाल के उपरों हम लंघन लगे ना, आ जड़ा पुल आप जड़ा लंघे है, ये थल्यों की नहर लंघ रही है। ठीक है जी, बहुत वधिया बाजवा साहब। लाहौर बहुत सोहना है ना, सच्ची कहिंदे आ वी जिहड़ा जिन्हें लाहौर नहीं वेख्या तो जम्मिया नहीं। रात मेरा गला काफ़ी खराब सीगा, पर हुण कुछ राहत आ, बोलण च भी राहत आ, ते मैं उम्मीद करदा कि तुहानू भी मेरी आवाज़ सही सुन रही होगी। आपां अंडरपास दे हेठों लंघ रहे हैं, इत्थे दा आ सिस्टम बहुत वधिया। इहदे उपरों दी भी ना सज्जे तो खब्बे रोड लंघी है, ते उन्हां ने लाइटां नू अवॉइड करन दे लई इस तरह राह बनाते भी उपरों दी जिहड़ी रोड क्रॉस कीती आ ना, उहदे लई पुल बनाता, लाइटां दा जाबी मुकाता। अच्छा, अज आपां नहर दे नाल नाल ही मुड़ आए सीगे, जिहड़े रुख वेख रहे हो नहर दे बिलकुल कंढे उगे आ, ਅਤੇ ਨਾਲ ਨਾਲ ਦੀ ਲਾਹੌਰ ਦੇ ਬਿਲਕੁਲ ਵਿੱਚੋਂ ਦੀ ਇਹ ਨਹਿਰ ਲੰਘ ਰਹੀ ਹੈ। ਬਾਜਵਾ ਸਾਹਿਬ ਦੱਸ ਰਹੇ ਵੀ ਇਹ ਲੰਡਾ ਬਾਜ਼ਾਰ ਆ ਇੱਥੋਂ ਦਾ ਲਾਹੌਰ ਦਾ। ਬਾਈ ਰੋਡ ਕਿਹੜੀ ਹੈ? ਹਾਜੀ ਕੀ ਕਿਹਾ ਤੁਸੀਂ? ਹਾਜੀ ਕੈਂਪ, ਪੁਲਿਸ ਲਾਈਨ। ਅਤੇ ਆਹ ਉੱਪਰ ਜਿਹੜੀ ਜਾ ਰਹੀ ਹੈ ਮੈਟਰੋ ਵਾਲੀ, ਇੱਕ ਔਰੇਂਜ ਟ੍ਰੇਨ ਵਾਲੀ ਹੈ, ਔਰੇਂਜ ਟ੍ਰੇਨ ਦੀ। ਠੀਕ ਹੈ, ਅਤੇ ਇੱਥੇ ਲਾਹੌਰ ਦੇ ਵਿੱਚ ਨਾ ਇਮਾਰਤਾਂ ਬਹੁਤ ਪੁਰਾਣੀਆਂ, ਜਿੱਦਾਂ ਆਪਾਂ ਰਾਤ ਨੂੰ ਵਿਜ਼ਿਟ ਕਰ ਰਹੇ ਹਾਂ ਉਦੋਂ ਵੀ ਵੇਖ ਰਹੇ ਹਾਂ। ਇੱਧਰ ਵੇਖੋ ਆਹ ਵੀ ਇਮਾਰਤ, ਬਹੁਤ ਪੁਰਾਣੀਆਂ ਪ੍ਰੀ ਪਾਰਟੀਸ਼ਨ ਦੀਆਂ ਇਮਾਰਤਾਂ, ਇਹਨਾਂ ਨੇ ਬਹੁਤ ਸਾਂਭ ਕੇ ਰੱਖੀਆਂ। अगे चलते हैं, होर भी बहुत कुछ इदा का आना विखाने आपां तुहानूं। इधरले पासे आ गया लाहौर का रेलवे स्टेशन, ये भी पुराना है, प्री पार्टीशन आजादी तो पहलां दा, इन्होंने पूरा सांभ संभाल के रख्या पिया। बहुत सारिया थावां आपां रात नूं भी देखियां सी, पर हुण आपां दिन वेले देख रहे हैं कि किवें दीआं लगदियां। देखो किन्नी पुरानी इमारत आ रेलवे स्टेशन दी, ते उंज दी भी पई है। ये बहुत वड्डी गल है क्योंकि अपने भी हैगियां ने पर पुरानियां नहीं, उहनां नूं रेनोवेट कर दित्ता गया। इधरले पासे आ गया इंजन ਦਾ ਮਾਡਲ, ਪੁਰਾਣਾ ਇੰਜਨ ਹੀ ਲੱਗਦਾ ਖੜਾਇਆ ਪਿਆ ਇਹਨਾਂ ਨੇ, ਪਹਿਲਾਂ ਦਾ ਹੀ ਪੁਰਾਣਾ ਕੋਈ। ਐਵੇਂ ਦੀਆਂ ਟ੍ਰੇਨਸ ਹੁੰਦੀਆਂ ਸੀਗੀਆਂ ਪਹਿਲਾਂ, ਆਪਣੇ ਨਾ ਪਤਾ ਕੀ ਹੁੰਦਾ ਵੀ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਤੋਂ ਪਈਆਂ ਪਈਆਂ ਖੰਡਰ ਹੋ ਜਾਂਦੀਆਂ। ਪਰ ਇੱਥੇ ਕੀ ਆ ਵੀ ਇੱਥੇ ਉਹਨਾਂ ਨੂੰ ਹੀ ਪੁਰਾਣੀਆਂ ਇਮਾਰਤਾਂ ਨੂੰ ਹੀ ਵਰਤ ਰਿਹਾ ਕਿਸੇ ਸਰਕਾਰੀ ਮਹਿਕਮੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ, ਉਹਦੇ ਨਾਲ ਦੀ ਨਾਲ ਨਾਲੇ ਤੋਂ ਉਹਨਾਂ ਦੀ ਸਾਂਭ ਸੰਭਾਲ ਹੋਈ ਜਾਂਦੀ ਆ, ਤੇ ਨਾਲੇ ਵਿੱਚ ਉਹਨਾਂ ਦਾ ਕੰਮ ਚੱਲੀ ਜਾਂਦਾ, ਜਿਹੜਾ ਵੀ ਉਹਨਾਂ ਨੇ ਮਤਲਬ ਦਫ਼ਤਰ ਖੋਲਣਾ ਹੁੰਦਾ ਉਹ ਸਾਰਾ ਕੁਝ ਉੱਥੋਂ ਚੱਲਦਾ ਰਹਿੰਦਾ। ਇਹ ਚੰਗੀ ਗੱਲ ਆ। ਜਿੱਦਾਂ ਆਪਾਂ ਗਵਾਲੀਅਰ ਦੇਖਿਆ ਸੀ ਉੱਥੇ ਵੀ ਥੋੜਾ ਜਿਹਾ ਸੀਗਾ ਕਿ ਜਿਵੇਂ ਪੁਰਾਣਾ ਸਾਂਭਿਆ ਹੋਇਆ ਸੀਗਾ, ਪਰ ਆਪਣੇ ਪੰਜਾਬ 'ਚ ਉਧਰ ਇਹ ਬਹੁਤ ਘੱਟ ਚੀਜ਼ਾਂ ਨੇ, ਇੱਥੇ ਆਪਾਂ ਨੂੰ ਬਹੁਤ ਦੇਖਣ ਨੂੰ ਮਿਲਣੀਆਂ ਰਹਾ। ਕਾਰਨ ਉਹੀ ਹੈ ਵੀ ਜਿੰਨੀ ਉਹਦੀ ਵਰਤੋਂ ਹੋਊਗੀ ਵਧੀਆ ਉਹਨੇ ਮੇਨਟੇਨਡ ਹੀ ਰਹਿਣਾ ਆ, ਤੇ ਇਹ ਮੈਨੂੰ ਲੱਗਦਾ ਵੀ ਆ ਸਾਂਝੇ ਪੰਜਾਬ ਵਾਲੀਆਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਵੇਖ ਕੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਥੋੜਾ ਬਹੁਤਾ ਦੇਖਣਾ ਚਾਹੀਦਾ ਵੀ ਆਪਾਂ ਕਿਵੇਂ ਵਿਰਾਸਤਾਂ ਨੂੰ ਸਾਂਭਣਾ। ਆਹ ਗੱਲ ਬੜੀ ਕਮਾਲ ਆ ਵੀ ਇਹਨਾਂ ਨੇ ਲਾਰੀ ਅੱਡਾ ਲਿਖਿਆ, ਆਪਾਂ ਨੇ ਬੱਸ ਸਟੈਂਡ ਲੈਦੇ ਆ ਨਾ ਬੱਸ ਅੱਡਾ ਜਾਂ ਲਾਰੀ ਅੱਡਾ ਲਿਖਿਆ, ਤਾਂ ਆਪਾਂ ਲਾਰੀ ਅੱਡੇ ਦੇ ਲਾਗੇ ਛੱਕ ਹੀ ਜਾਣਾ, ਉੱਥੇ ਹੀ ਮਨਾਰੇ ਪਾਕਿਸਤਾਨ ਹੈ ਅਤੇ ਉੱਥੇ ਹੀ ਗੁਰੂ ਘਰ ਹੈ ਜਿੱਥੇ ਆਪਾਂ ਪਹੁੰਚਣਾ ਗੁਰਦੁਆਰਾ ਡੇਰਾ ਸਾਹਿਬ। ਆਹ ਵੇਖੋ ਮੋਟਰਸਾਈਕਲ ਕਿਵੇਂ ਦੇ ਖਿੱਚੀ ਜਾਂਦੇ, ਆਪਾਂ ਉਦਣ ਦੇ ਵਿਖਾ ਰਹੇ ਸੀ ਵੀ ਇੱਦਾਂ ਦੇ ਇੱਕੋ ਜਿਹੇ ਮੋਟਰਸਾਈਕਲ ਆ ਇੱਥੇ ਹੋਂਡਾ ਦੇ, 100 CC ਤੋਂ ਘੱਟ ਹੀ ਨੇ, ਪਰ ਬਹੁਤ ਰੇਲ ਬਣਾਉਂਦੇ ਇਹਨਾਂ ਦੀ, ਭਜਾਉਂਦੇ ਬਹੁਤ ਆ, ਅਤੇ ਬਹੁਤ ਜ਼ਿਆਦਾ ਮੋਟਰਸਾਈਕਲ ਆ ਇੱਥੇ। ਆਹ ਵੇਖੋ ਸਾਰੀਆਂ ਪੁਰਾਣੀਆਂ ਇਮਾਰਤਾਂ ਹੀ ਨੇ, ਅਤੇ ਇਹ ਜਿੰਨਾ ਵੀ ਆਪਾਂ ਏਰੀਆ ਤੁਸੀਂ ਇਸ ਵੀਡੀਓ 'ਚ ਵੇਖ ਰਹੇ ਹੋ ਨਾ, ਇਹ ਆਪਾਂ ਗੁਲਬਰਗ ਤੋਂ ਸ਼ੁਰੂ ਕੀਤਾ ਸੀਗਾ ਅਤੇ ਆਪਾਂ ਹੁਣ ਪੁਰਾਣੇ ਲਾਹੌਰ 'ਚ ਫਿਰ ਰਹੇ। ਨਵਾਂ ਲਾਹੌਰ ਵੀ ਇੱਥੋਂ ਦਾ ਬਹੁਤ ਸੋਹਣਾ ਹੈ, ਉਹ ਤਾਂ ਆਪਣੇ ਦਿੱਲੀ ਚੰਡੀਗੜ੍ਹ ਨੂੰ ਵੀ ਮਾਤ ਪਾਉਂਦਾ, ਪਰ ਜਿਹੜਾ ਅਸਲ ਹੈਰੀਟੇਜ ਆ ਉਹ ਇਹ ਆ ਜਿਹੜਾ ਪੁਰਾਣਾ ਲਾਹੌਰ ਆ ਇਹਦੇ ਅੰਦਰ ਆ, ਬਹੁਤ ਸੋਹਣਾ, ਮਤਲਬ ਦੇਖ ਕੇ ਨਾ ਚੇਤੀ ਨਹੀਂ ਰੱਜਦਾ ਬੰਦੇ ਦਾ, ਇੰਨੀਆਂ ਕਮਾਲ ਦੀਆਂ ਚੀਜ਼ਾਂ ਨੇ, ਇੰਨੀਆਂ ਕਮਾਲ ਦੀਆਂ ਬਿਲਡਿੰਗਸ ਨੇ ਇਹਦੇ ਅੰਦਰ। ਇੱਥੇ ਸ਼ਾਹੀ ਕਿਲ੍ਹਾ ਵੀ ਆ ਗਿਆ, ਬਾਦਸ਼ਾਹੀ ਮਸਜਿਦ ਆ ਇੱਧਰਲੇ ਪਾਸੇ, ਇਹ ਸਾਰਾ ਕੁਝ ਆਪਾਂ ਵੇਖਣਾ ਹੈ, ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਦੇ ਹਾਂ। ਬਾਜਵਾ ਸਾਹਿਬ ਨੇ ਸਾਨੂੰ ਕਿਲ੍ਹਾ ਤਾਂ ਬਿਲਕੁਲ ਅੰਦਰ, ਧੰਨਵਾਦ ਬਾਜਵਾ ਸਾਹਿਬ, ਮਿਹਰਬਾਨੀ। ਅਲਟੋ ਬਹੁਤ ਸੋਹਣੀ ਆ, ਦੇਖੋ ਇਹਨਾਂ ਦੀਆਂ ਅਲਟੋਜ਼ ਨਾ ਥੋੜ੍ਹੀਆਂ ਜਿਹੀਆਂ ਖੁੱਲ੍ਹੀਆਂ ਆਪਣੀਆਂ, ਕੰਜਸਟਡ ਆ ਅੰਦਰੋਂ। ਠੀਕ ਆ ਜੀ, ਮਿਹਰਬਾਨੀ ਜੀ। ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ, ਅਤੇ ਬਹੁਤ ਵੱਡਾ ਕਿਲ੍ਹਾ ਆ ਇਹ, ਅਤੇ ਸਾਰਾ ਆਪਾਂ ਕਿਲ੍ਹਾ ਵੀ ਵੇਖਾਂਗੇ, ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਆ ਸਾਰੀਆਂ ਸੰਗਤ ਦੀਆਂ ਬੱਸਾਂ ਖੜੀਆਂ ਆਪਣੀਆਂ, ਜਿਹੜੇ ਇੰਡੀਅਨ ਯਾਤਰੂ ਆਏ ਆ ਨਾ ਉਹ ਸਾਰੀਆਂ ਬੱਸਾਂ ਉਹ ਨੇ, ਕਿਉਂਕਿ ਆਪਾਂ ਜੱਥੇ ਨਾਲੋਂ ਵਿਛੜ ਗਏ ਸੀਗੇ, ਕਾਰਨ ਉਹਦਾ ਇਹ ਸੀਗਾ ਵੀ ਆਪਾਂ ਲੇਟ ਪਹੁੰਚੇ ਇਹਨਾਂ ਸਾਰਿਆਂ ਨਾਲੋਂ, ਅਤੇ ਆਪਾਂ ਫਿਰ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਹਾਂ।
ਪਹੁੰਚ ਗਏ ਆਪਾਂ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਅਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਅੰਦਰ ਚੱਲ ਕੇ ਆਪਾਂ ਵੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਐਂਟਰ ਹੋ ਗਏ ਹਾਂ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਕਿਉਂਕਿ ਜੱਥਾ ਇੱਥੇ ਪਹੁੰਚਿਆ ਹੋਇਆ ਆ ਇਸ ਲਈ ਹੀ ਸਾਰੇ ਪ੍ਰਬੰਧ ਕੀਤੇ ਹੋਏ ਨੇ ਸਾਹਮਣੇ ਜਲ ਪਾਣੀ ਦਾ ਪ੍ਰਬੰਧ ਹੈ ਇੱਧਰ ਰਿਹਾਇਸ਼ ਹੈ ਜਿਹੜੀ ਚੜ੍ਹਦੇ ਪੰਜਾਬ ਤੋਂ ਸੰਗਤ ਆਈ ਹੋਈ ਹੈ ਇੱਥੇ ਉਹ ਦਰਸ਼ਨ ਦਿਦਾਰਿਆਂ ਦੇ ਲਈ ਪਹੁੰਚੀ ਹੋਈ ਹੈ ਉਹਨਾਂ ਦੀ ਠਹਿਰ ਦਾ ਇੰਤਜ਼ਾਮ ਇੱਥੇ ਹੀ ਹੈ ਸਾਰਾ ਸਾਰਾ ਪ੍ਰਬੰਧ ਇੱਥੇ ਕੀਤਾ ਹੋਇਆ ਆ ਤੇ ਆ ਸੰਗਤ ਬੈਠੀ ਵੀ ਹੋਈ ਹੈ ਇੱਥੇ ਕਿਉਂਕਿ ਪਹੁੰਚ ਗਿਆ ਸੀ ਪਹਿਲਾਂ ਹੀ ਆਰਾਮ ਕਰ ਰਹੇ ਆ ਕਿਉਂਕਿ ਸਫ਼ਰ ਲੰਬਾ ਸੀਗਾ ਇਹ ਪੰਜਾ ਸਾਹਿਬ ਤੋਂ ਆਏ ਨੇ ਤਾਂ ਕਰਕੇ ਆਰਾਮ ਫਰਮਾਇਆ ਜਾ ਰਿਹਾ ਤੇ ਇਧਰਲੇ ਪਾਸੇ ਆਦੇ ਮਾਰ ਥੱਲੇ ਇਹ ਉਸਾਰੀ ਅਧੀਨ ਇਹ ਮਤਲਬ ਵੈਸੇ ਛੋਟੀ ਇਮਾਰਤ ਹੈ ਉਹ ਜਿਹੜੀ ਹੈ ਪਰ ਇਹ ਫਿਰ ਨਵੀਂ ਉਸਾਰੀ ਹੋ ਰਹੀ ਹੈ ਇੱਧਰ ਵੀ ਵਿਖਾ ਦਵਾਂ ਪਹਿਲਾਂ ਥੋੜ੍ਹਾ ਜਿਹਾ ਇੱਧਰ ਵੀ ਟੈਂਟ ਲਾਏ ਪਏ ਆ ਸੰਗਤ ਦੇ ਰੁਕਣ ਵਾਸਤੇ ਸਾਰੇ ਗੱਦੇ ਲਾ ਕੇ ਪੱਖਿਆਂ ਨੂੰ ਵਧੀਆ ਬਣਾ ਕੇ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਹਵਾਰਾ ਕਰਕੇ ਪੂਰਾ ਥੋੜੇ ਥੋੜੇ ਜਿੱਥੇ ਜਿੱਥੇ ਖੁੱਲਾ ਖੁੱਲਾ ਹਾਲ ਹੈ ਨਾ ਜੀ ਜਾਂ ਅੰਦਰ ਵੀ ਹੈ ਉੱਥੇ ਸਾਰਾ ਹੀ ਇਹ ਪ੍ਰਬੰਧ ਕੀਤਾ ਹੋਇਆ ਆ ਆ ਸਾਰੀ ਨਵੀਂ ਇਮਾਰਤ ਬਣ ਰਹੀ ਹੈ ਕੰਮ ਚੱਲ ਰਿਹਾ ਹਲੇ ਵਿੱਚ ਹੀ ਹੈ ਤੇ ਸਾਹਮਣੇ ਉਹ ਅਸਥਾਨ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਹਾਂ ਸ਼ਹੀਦਾਂ ਦੇ ਸਰਤਾਜ ਸਿੱਖੀ ਦੇ ਵਿੱਚ ਪਹਿਲੀ ਸ਼ਹਾਦਤ ਉਹਨਾਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਜੂਨ ਮਹੀਨੇ ਦੇ ਵਿੱਚ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਤੇ ਬੜੇ ਤਿੱਖੇ ਦਿਨ ਹੁੰਦੇ ਨੇ ਅਤੇ ਉਹਨਾਂ ਇੰਨੇ ਤਿੱਖੇ ਦਿਨਾਂ ਦੇ ਵਿੱਚ ਜਦੋਂ ਅੱਤ ਦੀ ਗਰਮੀ ਪੈਂਦੀ ਸੀ ਤਾਂ ਉਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸਿਰ ਦੇ ਵਿੱਚ ਤੱਤੀ ਰੇਤ ਪਾਈ ਗਈ ਸੀ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਸੀ ਜਿਸ ਅਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਥੇ ਰਾਵੀ ਦਰਿਆ ਵਹਿੰਦਾ ਸੀ ਜਦੋਂ ਚੰਦੂ ਦੇ ਘਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਤਸੀਹੇ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੋ ਹਵਾਲੇ ਮਿਲਦੇ ਨੇ ਇੱਕ ਇਹ ਕਿ ਗੁਰੂ ਸਾਹਿਬ ਰਾਵੀ ਦਰਿਆ ਦੇ ਵਿੱਚ ਹੀ ਚੁੱਭੀ ਮਾਰ ਕੇ ਸੱਚਖੰਡ ਚਲੇ ਗਏ ਸੀ ਅਤੇ ਇੱਕ ਹਵਾਲਾ ਇਹ ਮਿਲਦਾ ਹੈ ਕਿ ਗੁਰੂ ਸਾਹਿਬ ਚੁੱਭੀ ਮਾਰ ਕੇ ਸੱਚਖੰਡ ਨਹੀਂ ਗਏ ਸਨ ਸਗੋਂ ਰਾਵੀ ਕੰਢੇ ਦੇ ਬੈਠ ਕੇ ਹੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਉਹਨਾਂ ਕਿਹਾ ਸੀ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਵੋ ਅਤੇ ਸਾਡੇ ਸਰੀਰ ਨੂੰ ਰਾਵੀ ਦੀ ਭੇਟਾ ਕਰ ਜਾਣਾ ਅਤੇ ਇੱਥੇ ਹੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਰੀਰ ਛੱਡ ਦਿੱਤਾ ਸੀ ਹੁਣ ਜਿਸ ਅਸਥਾਨ ਦੇ ਉੱਤੇ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਲਾਹੌਰ ਦੇ ਵਿੱਚ ਆਉਂਦੇ ਨੇ ਤਾਂ ਭਾਈ ਲਗਾਹਾ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਇਸ ਅਸਥਾਨ 'ਤੇ ਬੈਠਦੇ ਸਨ ਤਾਂ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੱਲੋਂ ਮੰਜੀ ਸਾਹਿਬ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਭਾਈ ਲਗਾਹਾ ਨੂੰ ਹੀ ਇਸ ਅਸਥਾਨ ਦਾ ਸੇਵਾਦਾਰ ਨਿਯੁਕਤ ਕੀਤਾ ਜਾਂਦਾ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜ਼ਿਆਦਾਤਰ ਪੁਰਾਣੇ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਗਏ ਨੇ ਇਸੇ ਤਰ੍ਹਾਂ ਹੀ ਇਸ ਇਮਾਰਤ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੀ ਕਰਵਾਈ ਗਈ ਸੀ ਹਵਾਲਾ ਇਹ ਮਿਲਦਾ ਹੈ ਕਿ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਹੀ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਦੇ ਲਈ ਆਏ ਹੋਏ ਸਨ ਤਾਂ ਉੱਥੇ ਉਹਨਾਂ ਨੂੰ ਇੱਕ ਹਾਥੀ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਅੱਗੇ ਅਰਦਾਸ ਕੀਤੀ ਕਿ ਇਸ ਵਾਰ ਬਚਾ ਲਓ ਤਾਂ ਉਹ ਗੁਰੂ ਘਰ ਦੇ ਲਈ ਸੇਵਾ ਕਰਨਗੇ ਤਾਂ ਜਦੋਂ ਉਹ ਦਰਬਾਰ ਦੇ ਵਿੱਚ ਆਉਂਦੇ ਨੇ ਆਪਣੇ ਅਹਿਲਕਾਰਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਨੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਡੇਰਾ ਸਾਹਿਬ ਦੀ ਸੇਵਾ ਕੀਤੀ ਜਾਵੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਅਸਥਾਨ ਦੀ ਸੇਵਾ ਕਰਵਾਉਂਦੇ ਨੇ ਪੁਰਾਣੀ ਇਹ ਵੀ ਇਮਾਰਤ ਹੈਗੀ ਆ ਜਿਹੜੀ ਬਣੀ ਹੋਈ ਹੈ ਇਹ ਬਹੁਤ ਥੋੜ੍ਹੀ ਛੋਟੀ ਜਿਹੀ ਇਮਾਰਤ ਹੈ ਕਿਉਂਕਿ ਜਿੰਨੇ ਕੁ ਆਪਾਂ ਗੁਰਧਾਮਾਂ ਦੇ ਦਰਸ਼ਨ ਕਰ ਰਹੇ ਹਾਂ ਉਹਨਾਂ ਦੀਆਂ ਜਿਹੜੀਆਂ ਪੁਰਾਤਨ ਇਮਾਰਤਾਂ ਨੇ ਬਹੁਤ ਛੋਟੀਆਂ ਸੀ ਕਿਉਂਕਿ ਉਸ ਹਿਸਾਬ ਦੇ ਨਾਲ ਉਸ ਵੇਲੇ ਜਿਵੇਂ ਦਾ ਆਰਟ ਹੁੰਦਾ ਸੀ ਉਸ ਹਿਸਾਬ ਨਾਲ ਇਹਨਾਂ ਨੂੰ ਬਣਾਇਆ ਗਿਆ ਆ ਕਿਉਂਕਿ ਆਲਾ ਦੁਆਲਾ ਕਾਫੀ ਵੱਡਾ ਹੁੰਦਾ ਸੀ ਪਰ ਜਿਹੜਾ ਦਰਬਾਰ ਹੁੰਦਾ ਸੀ ਉਹ ਛੋਟਾ ਹੁੰਦਾ ਸੀ ਕਿਉਂਕਿ ਹੁਣ ਤੇ ਰਿਹਾਇਸ਼ੀ ਇਲਾਕੇ ਬਹੁਤ ਹੋ ਗਏ ਨੇ ਨਾ ਤੇ ਉਸ ਹਿਸਾਬ ਨਾਲ ਵੱਡੇ ਹੋਣ ਲੱਗ ਗਏ ਉਦੋਂ ਇੱਕ ਛੋਟੇ ਜਿਹੇ ਸਥਾਨ ਦੇ ਉੱਤੇ ਹੀ ਸਾਰਾ ਕੁਝ ਬਣਾ ਦਿੱਤਾ ਜਾਂਦਾ ਸੀ ਤੇ ਗੁਰੂ ਸਾਹਿਬ ਦੀ ਪਹਿਲੀ ਸ਼ਹਾਦਤ ਹੋਈ ਸਿੱਖ ਧਰਮ ਦੇ ਅੰਦਰ ਗੁਰੂਆਂ ਦੀ ਤੇ ਇਸੇ ਸ਼ਹਾਦਤ ਨੇ ਸਾਰਾ ਕੁਝ ਮਹਾਂਦਰਾ ਹੀ ਬਦਲਤਾ ਸਿੱਖ ਧਰਮ ਦੇ ਵਿੱਚ ਫਿਰ ਛੇਵੇਂ ਗੁਰੂ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਦੇ ਨੇ ਕਿ ਜ਼ਬਰ ਜ਼ੁਲਮ ਦਾ ਡਟ ਕੇ ਮੁਕਾਬਲਾ ਵੀ ਕਰਨਾ ਹੈ ਕਿਉਂਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੂੰ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਪਹਿਲੀ ਸ਼ਹਾਦਤ ਸੀ ਅਤੇ ਬਾਅਦ ਦੇ ਵਿੱਚ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਦੇ ਨੇ ਕਿ ਜੇਕਰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੰਦੇਸ਼ ਦਿੱਤਾ ਸੀ ਕਿ ਸੰਤ ਅਤੇ ਸਿਪਾਹੀ ਦੋਨੋਂ ਬਣਨਾ ਸਿੱਖਾਂ ਨੇ ਬਿਲਕੁਲ ਕਿ ਜੇਕਰ ਕੋਈ ਜੁਰਮ ਕਰਦਾ ਤਾਂ ਉਹਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੈ ਅਤੇ ਨਾਲ ਦੀ ਨਾਲ ਹੀ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਬੜਾ ਵੱਡਾ ਮੋੜ ਸੀ ਇਹ ਸਾਰੇ ਕਾਸੇ ਦੇ ਲਈ ਅਤੇ ਜੁਝਾਰੂ ਬਣਾਇਆ ਕੌਮ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਸੀ ਆਪਾਂ ਹੋਰ ਵੀ ਅੱਧੇ ਅਗਲੇ ਪਾਸੇ ਨੂੰ ਚੱਲਦੇ ਹਾਂ ਹਟਿਆ
ਤੇ ਹੁਣ ਆਪਾਂ ਇੱਧਰ ਅਗਲੇ ਪਾਸੇ ਚੱਲਦੇ ਹਾਂ ਇੱਧਰਲੇ ਪਾਸੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਕੰਵਰ ਨੌਨਿਹਾਲ ਸਿੰਘ ਦੀ ਖੜਕ ਸਿੰਘ ਹੋਣਾ ਦੀ ਵੀ ਸਮਾਧ ਹੈ ਇਹ ਵੀ ਪੁਰਾਤਨ ਇਮਾਰਤ ਹੀ ਹੈ ਆਪਾਂ ਜਿੰਨੇ ਵੀ ਇੱਥੇ ਇਤਿਹਾਸਿਕ ਸਥਾਨ ਵੇਖ ਰਹੇ ਉਹਨਾਂ ਦਾ ਰੰਗ ਆਪਾਂ ਪਹਿਲਾਂ ਵੀ ਗੱਲ ਕੀਤਾ ਕਿ ਇਹੀ ਹੈ ਚਿੱਟਾ ਸਫੈਦ ਤੇ ਪੀਲਾ ਇਹ ਪੂਰੀ ਪੁਰਾਣੀ ਇਮਾਰਤ ਹੈ ਆਪਾਂ ਉੱਪਰ ਚੱਲਦੇ ਹਾਂ ਇੱਥੇ ਪੌੜੀਆਂ ਤੋਂ ਉੱਪਰ ਨੂੰ ਕਾਫੀ ਉੱਚਾ ਜਗ੍ਹਾ ਜਿਹੜਾ ਇਹ ਪਿਛਲਾ ਦਰਬਾਰ ਵੇਖ ਕੇ ਆਏ ਹਾਂ ਉਹ ਥੱਲੇ ਪੱਧਰੇ ਜਗ੍ਹਾ ਤੇ ਆ ਤੇ ਆਹ ਵਾਲਾ ਜਿਹੜਾ ਸਥਾਨ ਆ ਜਿੱਧਰ ਸਮਾਧਾਂ ਨੇ ਇਹ ਉੱਚੀ ਜਗ੍ਹਾ ਤੇ ਆ ਇਹ ਜਿਹੜਾ ਸਭ ਤੋਂ ਪਹਿਲਾ ਹਿੱਸਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਧਰਲੇ ਪਾਸੇ ਇਮਾਰਤ ਬਣ ਰਹੀ ਹੈ ਉਹ ਸਾਰੀ ਦੀ ਨਾ ਇਸ ਲਈ ਉਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਪਰ ਇਧਰਲੇ ਪਾਸੇ ਹੈ ਤੇ ਆਪਾਂ ਮੱਥਾ ਟੇਕਦੇ ਹਾਂ ਇਸ ਥਾਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਇਹ ਜਗ੍ਹਾ ਗੁਰਦੁਆਰਾ ਡੇਰਾ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ ਤੇ ਹੀ ਹੈ ਤੇ ਜਿਸ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਇਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰਾਂ ਵੱਲੋਂ ਕਰਵਾਈ ਗਈ ਮਹਾਰਾਜਾ ਖੜਕ ਸਿੰਘ ਵੱਲੋਂ ਇਸ ਦੀ ਸ਼ੁਰੂਆਤ ਕਰਵਾਈ ਗਈ ਅਤੇ ਮਹਾਰਾਜਾ ਦਲੀਪ ਸਿੰਘ ਨੇ ਇਸ ਨੂੰ ਸੰਪੂਰਨ ਕਰਵਾਇਆ ਸ਼ੇਰੇ ਪੰਜਾਬ ਦੀ ਸਮਾਧ ਦੇ ਬਿਲਕੁਲ ਸੱਜੇ ਹੱਥ ਬਾਹਰ ਨਿਕਲ ਕੇ ਹੀ ਉਹਨਾਂ ਦੇ ਪੋਤਰੇ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਹੋਣਾ ਦੀ ਸਮਾਧ ਹੈ ਅਤੇ ਇਸ ਸਮਾਧ ਦੇ ਬਿਲਕੁਲ ਬਾਹਰ ਨਿਕਲ ਕੇ ਕੰਵਰ ਨੌਨਿਹਾਲ ਸਿੰਘ ਦੇ ਪਿਤਾ ਮਹਾਰਾਜਾ ਖੜਕ ਸਿੰਘ ਹੋਣਾ ਦੀ ਸਮਾਧ ਵੀ ਹੈ ਸਾਹਮਣੇ ਦਿਖ ਰਿਹਾ ਮੀਨਾਰ ਏ ਪਾਕਿਸਤਾਨ ਅਤੇ ਇੱਧਰ ਨਾਲ ਦੇ ਪਾਸੇ ਹੀ ਸਾਹਮਣੇ ਹੈ ਗੁਰਦੁਆਰਾ ਡੇਰਾ ਸਾਹਿਬ ਆਪਾਂ ਇੱਧਰ ਛੱਤ ਦੇ ਉੱਤੇ ਆ ਕੇ ਵੇਖ ਰਹੇ ਹਾਂ ਦੂਰ ਦੂਰ ਤੱਕ ਦਿਖ ਰਹੀਆਂ ਇਮਾਰਤਾਂ ਸਿੱਖ ਸੰਗਤ ਆਈ ਹੋਈ ਹੈ ਜਿਨ੍ਹਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਹੁਣ ਸਾਰਾ ਜਥਾ ਇੱਥੇ ਆ ਚੁੱਕਿਆ ਹੋਇਆ ਸੰਗਤ ਇੱਥੇ ਕਿਉਂਕਿ ਰਾਤ ਹੀ ਪਹੁੰਚ ਗਈ ਸੀ ਆਰਾਮ ਵੀ ਕਰ ਰਹੇ ਨੇ ਅਤੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਸੰਗਤਾਂ ਦੇ ਲਈ ਰਹਿਣ ਦਾ ਪੂਰਾ ਵਧੀਆ ਪ੍ਰਬੰਧ ਹੈ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਅਤੇ ਸੰਗਤਾਂ ਬੜੇ ਵਧੀਆ ਤਰੀਕੇ ਦੇ ਨਾਲ ਗੁਰਧਾਮਾਂ ਦੇ ਦਰਸ਼ਨ ਕਰ ਰਹੀਆਂ ਨੇ ਇੱਧਰਲੇ ਪਾਸੇ ਆ ਪੁਰਾਣੀ ਇਮਾਰਤ ਹੈ ਇਹ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ ਗੁਰਦੁਆਰਾ ਡੇਰਾ ਸਾਹਿਬ ਅਤੇ ਸਮਾਧਾਂ ਵੱਲ ਹੋ ਕੇ ਹੁਣ ਆਪਾਂ ਲੰਗਰ ਹਾਲ ਵਿੱਚ ਆ ਗਏ ਹਾਂ ਅਤੇ ਇੱਥੇ ਪ੍ਰਸ਼ਾਦਾ ਛਕਦੇ ਹਾਂ ਅਤੇ ਫਿਰ ਅੱਗੇ ਚੱਲਾਂਗੇ ਲਾਹੌਰ ਦੇ ਵਿੱਚ ਉਸ ਅਸਥਾਨ 'ਤੇ ਹਾਂ ਜਿੱਥੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਸੀ ਜਨਮ ਅਸਥਾਨ ਹੈ ਚੂਨਾ ਮੰਡੀ ਲਾਹੌਰ ਆਪਾਂ ਅਕਸਰ ਪੜ੍ਹਦੇ ਆਏ ਹਾਂ ਸੁਣਦੇ ਆਏ ਹਾਂ ਚੂਨਾ ਮੰਡੀ ਲਾਹੌਰ ਬਾਰੇ ਅਤੇ ਅੱਜ ਆਪਾਂ ਉਸ ਦਰਸ਼ਨ ਉਸ ਜਗ੍ਹਾ ਦੇ ਦਰਸ਼ਨ ਕਰਨ ਆਏ ਹਾਂ ਜਿੱਥੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ ਧੰਨ ਧੰਨ ਗੁਰੂ ਰਾਮਦਾਸ ਦਰਬਾਰ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀ ਉਸਾਰੀ ਉਹਨਾਂ ਨੇ ਕਰਵਾਈ ਸੀ ਉੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕਣ ਦੇ ਲਈ ਆਉਂਦੀਆਂ ਨੇ ਅਤੇ ਅੱਜ ਚੂਨਾ ਮੰਡੀ ਲਾਹੌਰ ਦੇ ਵਿੱਚ ਵੀ ਸੰਗਤਾਂ ਆਈਆਂ ਹੋਈਆਂ ਨੇ ਮੱਥਾ ਟੇਕਣ ਦੇ ਲਈ ਇਸ ਸਥਾਨ ਦੀ ਉਸਾਰੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਨਕੀਨ ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰ ਸਥਾਨ 'ਤੇ ਨਵੀਂ ਇਮਾਰਤ ਬਣਵਾਈ ਸੀ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਚੂਨਾ ਮੰਡੀ ਲਾਹੌਰ ਬਾਜ਼ਾਰ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ 1534 ਈਸਵੀ ਦੇ ਵਿੱਚ ਹੁੰਦਾ ਹੈ ਇੱਥੇ ਹੀ ਉਹਨਾਂ ਨੇ ਆਪਣੇ ਬਚਪਨ ਦਾ ਸਮਾਂ ਬਿਤਾਇਆ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਬਚਪਨ ਦੇ 7 ਸਾਲ ਇਸੇ ਜਗ੍ਹਾ 'ਤੇ ਹੀ ਗੁਜ਼ਾਰੇ ਸੀ ਇੱਥੇ ਹੀ ਉਹਨਾਂ ਦਾ ਘਰ ਸੀ ਜਿੱਥੇ ਕਿ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਗੁਰੂ ਰਾਮਦਾਸ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ